ਸੋ ਦੋਸਤੋ ਸਤਿ ਸ੍ਰੀ ਅਕਾਲ ਜੀ। ਸੋ ਇੱਕ ਸਟੋਰੀ ਹੈ ਛੋਟੀ ਜੀ, 3-4 ਮਿੰਟਾਂ ਦੀ, ਉਹ ਤੋਂ ਨਾਲ ਸਾਂਝੀ ਕਰਨ ਲੱਗਿਆ। ਚੰਗੀ ਲੱਗੇ ਤਾਂ ਅੱਗੇ ਜ਼ਰੂਰ ਸ਼ੇਅਰ ਕਰ ਦਿਓ। ਇੱਕ ਐਂਬੂਲੈਂਸ 11:15 ਵਜੇ ਆ ਕੇ ਹਸਪੀਟਲ ਦੇ ਬਾਹਰ ਖੜਦੀ ਹੈ। ਸਟਰੇਚਰ ਤੇ ਇੱਕ ਸੋਹਣੇ ਸੁਨੱਖੇ ਮੁੰਡੇ ਨੂੰ ਪਾ ਕੇ ਉਹਦੇ ਨਾਲ ਨਾਲ ਉਹਦਾ ਪਿਓ ਭੱਜਿਆ ਜਾ ਰਿਹਾ। ਪਿੱਛੇ ਮਾਂ ਖੁੱਲੇ ਵਾਲਾਂ ਦੇ ਵਿੱਚ ਭੱਜੀ ਜਾ ਰਹੀ ਹੈ ਤੇ ਇੱਕ ਝੁਰੜੀਆਂ ਵਾਲੇ ਹੱਥਾਂ ਦੇ ਵਿੱਚ ਦਾਦੀ ਹੈ ਜਿਹੜੀ, ਉਹ ਝੋਲਾ ਫੜੀ ਮਗਰ ਮਗਰ ਭੱਜੀ ਆ ਰਹੀ ਹੈ। ਪਿੰਡ ਦੇ 3-4 ਮੁੰਡੇ ਹੋਰ ਪਿੱਛੇ ਜਿਹੜੇ ਨਾਲ ਬੰਦੇ ਆ ਉਹ ਵੀ ਤੁਰੇ ਆ ਰਹੇ ਆ। ਉਹ ਸਟਰੇਚਰ ਬਿਲਕੁਲ ਸਿੱਧਾ ਜਾ ਕੇ ਐਮਰਜੈਂਸੀ ਵਾਰਡ ਦੇ ਵਿੱਚ ਲੈ ਜਾਂਦੇ ਆ। ਐਮਰਜੈਂਸੀ ਦੇ ਵਿੱਚ ਡਾਕਟਰ ਉਹਨਾਂ ਨੂੰ ਲੈ ਕੇ ਅੰਦਰ ਚਲੇ ਜਾਂਦਾ ਤੇ ਅੰਦਰ ਇੱਕ ਸੋਹਣਾ ਸੁਨੱਖਾ 6 ਫੁੱਟ ਗੱਭਰੂ ਜਵਾਨ ਮਸ਼ੀਨਾਂ ਦੇ ਨਾਲ ਜੋੜ ਲਿਆ ਜਾਂਦਾ। ਕੁਝ ਕੁ ਪਾਈਪਾਂ ਪਾ ਕੇ ਅੰਦਰ, ਕੁਝ ਕੁ ਜਿਹੜਾ ਲਿਕਡ ਆ ਉਹ ਅੰਦਰ ਪਾਇਆ ਜਾਂਦਾ, ਕੁਝ ਕੁ ਲਿਕਡ ਆ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ। ਪਰ ਗੱਲ ਇੱਕ ਇਹ ਆ ਕਿ ਉਹ ਡਾਕਟਰ ਬਹੁਤ ਕੁਝ ਪੁੱਛਣ ਦੀ ਕੋਸ਼ਿਸ਼ ਕਰਦਾ ਕਿ ਇਹਨੇ ਖਾਧਾ ਕੀ ਆ। ਪਿਓ ਬਹੁਤ ਵਾਰ ਪੁੱਛਣ ਦੀ ਕੋਸ਼ਿਸ਼ ਕਰਦਾ ਕਿ ਪੁੱਤ ਇੱਕ ਵਾਰ ਦੱਸ ਦੇ ਤੂੰ ਖਾਧਾ ਕੀ ਆ, ਤੈਨੂੰ ਡਾਕਟਰ ਵਿਚਾਰੂਗਾ। ਪਰ ਪੁੱਤ ਜਿਵੇਂ ਮਰਨ ਦੀ ਸੋਹੀ ਖਾਲੀ ਹੁੰਦੀ ਆ, ਜਿਵੇਂ ਮੌਤ ਨੂੰ ਸਰਾਣੇ ਦੇ ਲਈ ਖੜਾ ਹੁੰਦਾ, ਕੁਝ ਵੀ ਨਹੀਂ ਦੱਸਦਾ। ਪਿਓ ਕਦੇ ਬਾਰ ਬਾਰ ਪੁੱਛਦਾ ਪੁੱਤ ਇੱਕ ਵਾਰ ਦੱਸ ਦੇ ਡਾਕਟਰ ਤੈਨੂੰ ਬਚਾ ਲੂਗਾ। ਮਾਂ ਰੱਬ ਦਾ ਵਾਸਤਾ ਦੇ ਕੇ ਪੁੱਛਣ ਦੀ ਕੋਸ਼ਿਸ਼ ਕਰਦੀ ਆ ਕਿ ਇੱਕ ਵਾਰ ਦੱਸ ਦੇ ਤੈਨੂੰ ਬਚਾ ਲੂਗਾ। ਪਿਓ ਕਦੇ ਭੱਜ ਭੱਜ ਕੇ ਵੀ ਪੈਂਦਾ ਵੀ ਇੱਕ ਵਾਰ ਤਾਂ ਦੱਸ ਦੇ ਤੂੰ ਖਾਧਾ ਕੀ ਯਾਰ। ਪਰ ਮੁੰਡਾ ਇੱਕੋ ਗੱਲ ਬਾਰ ਬਾਰ ਕਹੀ ਜਾਂਦਾ, ਬਾਪੂ ਮੈਂ ਕੁਛ ਨਹੀਂ ਖਾਧਾ, ਬਾਪੂ ਮੈਂ ਕੁਛ ਨਹੀਂ। ਸੋ ਡਾਕਟਰ ਅੰਦਰ ਜਾਂਦਾ, ਬਾਹਰ ਆ ਕੇ ਉਹਨਾਂ ਦੇ ਰਿਸ਼ਤੇਦਾਰ ਨੂੰ ਇੱਕ ਪਾਸੇ ਲੈ ਜਾਂਦਾ ਤੇ ਇੱਕੋ ਗੱਲ ਕਹਿੰਦਾ ਕਿ ਸਾਡੇ ਵੱਸੋਂ ਬਾਹਰ ਦੀ ਗੱਲ ਆ, ਪਰਮਾਤਮਾ ਚਾਹੇ ਤਾਂ ਇਹਦੀ ਜਾਨ ਬਚ ਸਕਦੀ। ਇਹਨਾਂ ਨੂੰ ਉਹਦਾ ਮੁੰਡਾ ਫ੍ਰੈਂਡ ਇੱਕ ਆਉਂਦਾ ਵਾਪਸ ਤੇ ਹਸਪੀਟਲ ਦੇ ਵਿੱਚ ਆ ਕੇ ਮਾਂ ਪਿਓ ਨੂੰ ਦੱਸਦਾ ਕਿ ਅੱਜ ਇਹ ਮੇਰੇ ਕੋਲ ਗਿਆ ਸੀ, ਇਹ ਅਸਲ ਦੇ ਵਿੱਚ ਕਿਸੇ ਕੁੜੀ ਨੂੰ ਪਿਆਰ ਕਰਦਾ, ਉਹਦੇ ਨਾਲ ਫੋਨ ਤੇ ਸੀ, ਉਹਦੀਆਂ ਮਿੰਨਤਾਂ ਕਰ ਰਿਹਾ ਸੀ ਤੇ ਉਹਨੇ ਇੰਨੀ ਕੁ ਗੱਲ ਕਹਿ ਕੇ ਇਹਦਾ ਫੋਨ ਰੱਖਤਾ ਕਿ ਮੈਂ ਹੁਣ ਤੇਰੇ ਨਾਲ ਗੱਲ ਨਹੀਂ ਕਰ ਸਕਦੀ ਕਿਉਂਕਿ ਮੇਰਾ ਰਿਸ਼ਤਾ ਬਾਹਰਲੇ ਦੇਸ਼ ਦੇ ਵਿੱਚ ਹੋ ਚੁੱਕਿਆ। ਇਹਨੇ ਬਹੁਤ ਲੜਾਈ ਕੀਤੀ, ਬਹੁਤ ਮਿੰਨਤਾਂ ਕੀਤੀਆਂ ਕਿ ਮੈਂ ਇਕਲੌਤਾ ਮੁੰਡਾ, ਸਾਰੀ ਜ਼ਮੀਨ ਜਾਇਦਾਦ ਵੇਚ ਕੇ ਵੀ ਆਪਾਂ ਬਾਹਰ ਜਾ ਸਕਦੇ ਹਾਂ, ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ। ਪਰ ਉਹਨੇ ਫੋਨ ਪਟਕ ਦੇਣੇ ਰੱਖਤਾ। ਇਹ ਰੋਂਦਾ ਰੋਂਦਾ ਮੇਰੇ ਕੋਲ ਆਇਆ, ਮੈਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮਿੱਤਰਾ ਜ਼ਿੰਦਗੀ ਬਹੁਤ ਬਾਕੀ ਪਈ ਆ, ਬਹੁਤ ਕੁਛ ਹੁੰਦਾ, ਪਰ ਨਹੀਂ, ਮੈਂ ਇਹਨੂੰ 8 ਵਜੇ ਘਰ ਛੱਡ ਗਿਆ। ਜਦ ਘਰ ਵੜਿਆ ਤੇ ਮਾਂ ਨੇ ਬੜੇ ਪਿਆਰ ਨਾਲ ਪੁੱਛਿਆ ਕਿ ਪੁੱਤ ਤੈਨੂੰ ਸਰੋਂ ਦਾ ਸਾਗ ਬਹੁਤ ਪਸੰਦ ਆ, ਅੱਜ ਮੈਂ ਤੇਰੀ ਪਸੰਦ ਦਾ ਸਾਗ ਬਣਾਇਆ, ਗੰਦਲਾਂ ਵਾਲਾ ਆਪ ਤੋੜ ਕੇ ਲਿਆਈ ਆ। ਕਹਿੰਦਾ ਮਾਂ ਅੱਜ ਮੈਨੂੰ ਭੁੱਖ ਨਹੀਂ, ਮੈਂ ਮਨਜਿੰਦਰ ਦੇ ਘਰੋਂ ਹੀ ਖਾ ਕੇ ਆਇਆ। ਕਹਿ ਕੇ ਇੱਕ ਛੋਟੀ ਜਿਹੀ ਡੱਬੀ ਚੱਕ ਕੇ ਚੁਬਾਰੇ ਦੇ ਵਿੱਚ ਚੜ੍ਹ ਜਾਂਦਾ ਤੇ 9:45 ਦੀ ਗੱਲ ਆ, ਉਹ ਡੱਬੀ ਆ ਛੋਟੀ ਜਿਹੀ, ਉਹਨੇ ਬਹੁਤ ਮੋਹ ਲਾੜ ਤੇ ਪਿਆਰ ਨਾਲ ਪਾਲੀ ਹੋਈ ਪੱਕੀ ਹੋਈ ਫਸਲ ਨੂੰ ਤਬਾਹੀ ਦੇ ਵੱਲ ਧੱਕਤਾ। ਛੋਟੀ ਜਿਹੀ ਸਲਫਾਸ ਦੀ ਡੱਬੀ ਨੇ 6 ਫੁੱਟਾ ਗੱਭਰੂ ਜਵਾਨ ਤਬਾਹੀ ਦੇ ਵੱਲ ਧੱਕਤਾ। ਸੋ ਮੇਰੀ ਅਰਜ਼ ਆ ਜਵਾਨੀ ਦੀ ਦਹਲੀਜ਼ ਤੇ ਪੈਰ ਧਰਦੇ ਹੋਏ ਉਹਨਾਂ ਮੁੰਡੇ ਤੇ ਕੁੜੀਆਂ ਨੂੰ ਕਿ 4 ਦਿਨਾਂ ਦੇ ਝੂਠੇ ਪਿਆਰ ਪਿੱਛੇ ਆਪਣੇ ਮਾਪਿਆਂ ਦਾ ਪਿਆਰ ਨਾ ਕਿਤੇ ਭੁਲਾ ਦਿਓ, ਜਿਨ੍ਹਾਂ ਨੇ ਬੜੇ ਚਾਅ ਤੇ ਲਾੜ ਦੇ ਨਾਲ ਤੁਹਾਡੇ ਵਾਲਾਂ ਨੂੰ ਵਾਹਿਆ ਹੋਣਾ ਕਦੇ, ਜਿਨ੍ਹਾਂ ਦੇ ਜਦੋਂ ਮਾਂ ਨੂੰ ਚੇਤੇ ਆ ਰਿਹਾ ਕਿ ਜਦੋਂ ਇਹ ਕੈਂਚੀ ਸਾਈਕਲ ਚਲਾਉਂਦਾ ਸੀ ਤੇ ਸੱਟਾਂ ਖਾ ਕੇ ਆਉਂਦਾ ਸੀ, ਉਹ ਸੱਟੇ ਦੇ ਗੋਡਿਆਂ ਤੇ ਨਹੀਂ ਸੀ ਲੱਗਦੀ, ਉਹ ਸੱਟ ਮੇਰੇ ਦਿਲ ਤੇ ਲੱਗਦੀ ਸੀ, ਤੇ ਅੱਜ ਉਹ 6 ਫੁੱਟਾ ਗੱਭਰੂ ਜਵਾਨ ਇੱਕ ਛੋਟੀ ਜਿਹੀ ਡੱਬੀ ਖਾ ਗਈ ਤੇ ਉਹ ਲਾਸ਼ ਬਣ ਕੇ ਉਹਦੇ ਮੂਹਰੇ ਪਿਆ। ਸੋ ਇੱਕ ਅਰਜ਼ ਜਵਾਨੀ ਦੀ ਦਹਲੀਜ਼ ਤੇ ਪੈਰ ਧਰਦੇ ਮੁੰਡੇ ਕੁੜੀਆਂ ਨੂੰ ਕਿ 4 ਦਿਨਾਂ ਦੇ ਪਿਆਰ ਪਿਛਲੇ ਆਪਣੇ ਮਾਂ ਪਿਓ ਦਾ ਪਿਆਰ ਨਾ ਭੁਲਾ ਦਿਓ, ਜਿਨ੍ਹਾਂ ਦੇ ਬੁਢਾਪੇ ਦੇ ਵਿੱਚੋਂ ਤੁਹਾਡੀ ਜਵਾਨੀ ਉੱਗਦੀ ਹੈ। ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ। ਮਾਪੇ ਜਿਉਂਦੇ ਦੀ ਹੀ ਲਾਸ਼ ਬਣਦੇ।